ਅੱਜ ਪ੍ਰੋਟੈਸਟ ਸਾਡਾ ਇਹ ਹੀ ਕਿ ਅਸੀਂ ਆਪਣੀ ਕਮੇਟੀ ਮੈਂਬਰ ਹੀ ਜਿਹੜੀ ਆ ਬਟਾਲਾ ਬਲੋਕ ਦੀ ਉਹਨਾਂ ਨੇ ਖੂਨ ਨਾਲ ਮੰਗ ਪੱਤਰ ਲਿਖ ਕੇ ਜਿਹੜੇ ਹੀ ਦੇਣੇ ਸੀ ਉਹ ਹੀ ਲਿਖ ਲਏ ਆ ਤੇ ਹੁਣ ਇਹ ਪੋਸਟ ਕਰਨੇ ਆ ਮੈਂ ਮੁੱਖ ਮੰਤਰੀ ਦੇ ਨਾਂ ਤੇ ਕੈਬਨਿਟ ਮੰਤਰੀ ਅਰਨਾ ਚੌਧਰੀ ਦੇ ਨਾਂ ਤੇ ਕਿਉਂਕਿ ਅਸੀਂ ਪਿਛਲੇ ਮਹੀਨੇ ਸਾਡੀ 12 ਮਈ ਨੂੰ ਹੋਈ ਹੀ ਇਹਨਾਂ ਦੇ ਰੋਸ ਪ੍ਰੋਟੈਸਟ ਕੀਤਾ ਸੀ ਅਸੀਂ ਮੈਂ ਕੈਬਨਿਟ ਮੰਤਰੀ ਦੇ ਘਰ ਮੂਰੇ ਤੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ 15 ਦਿਨ ਬਾਅਦ ਅਸੀਂ ਤੁਹਾਨੂੰ ਟਾਈਮ ਦੇਵਾਂਗੇ ਮੀਟਿੰਗ ਦਾ ਜਿਹੜਾ ਤੁਹਾਡਾ ਕਟਿਆ ਮਨਪਤਾ ਤੁਹਾਨੂੰ ਵਾਪਸ ਦਿੱਤਾ ਜਾਏਗਾ ਤੇ 15 ਦਿਨ ਬਾਅਦ ਸਾਡੀਆਂ ਵਰਕਰਜ਼ ਗਈਆਂ ਤੇ ਉਹਨਾਂ ਨੇ ਸਾਨੂੰ ਅਜੇ ਤੱਕ ਮਹੀਨਾਏ ਤੋਂ ਵੱਧ ਹੋ ਗਿਆ ਵਾ ਸਾਨੂੰ ਕੋਈ ਮੀਟਿੰਗ ਦਾ ਟਾਈਮ ਨਹੀਂ ਦਿੱਤਾ ਇਸ ਕਰਕੇ ਸਾਡੀ ਸੂਬਾ ਕਮੇਟੀ ਨੇ ਅੱਜ ਰੱਖਿਆ ਕਿ ਅਸੀਂ ਖੂਨ ਨਾਲ ਮੰਗ ਪੱਤਰ ਲਿਖ ਕੇ ਨਾ ਸਰਕਾਰ ਨੂੰ ਪਹੁੰਚਾਈਏ ਕਿ ਜੇ ਫੇਰ ਵੀ ਨਹੀਂ ਇਹ ਸਰਕਾਰੀ ਸਰਕਾਰ ਸਾਡਾ ਕਟਿਆ ਆ ਮਾਨ ਪੱਤਾ ਵਾਪਸ ਨਹੀਂ ਦਿੰਦੀ ਜਿਹੜਾ 40% ਦਿੱਤਾ ਇਹਨਾਂ ਕਟਿਆ ਵਾ ਕਿਉਂਕਿ 60% ਜਿਹੜਾ ਹੀ ਉਹ ਸੈਂਟਰ ਗਵਰਨਮੈਂਟ ਦਾ ਹੁੰਦਾ 40% ਜਿਹੜਾ ਹੀ ਉਹ ਸਟੇਟ ਗਵਰਨਮੈਂਟ ਨੇ ਦੇਣਾ ਸੀ ਸਾਨੂੰ ਸੈਂਟਰ ਸਰਕਾਰ ਨੇ 60% ਜਿਹੜਾ 60% ਵਧਾਇਆ ਸੀ ਉਹ ਤੇ ਸਾਨੂੰ ਦੇ ਦਿੱਤਾ ਤੇ ਇਹ ਨਾ ਨੇ ਜਿਹੜਾ 40% ਆਪਣਾ ਹਿੱਸਾ ਨਹੀਂ ਪਾਇਆ ਇਹ 40 ਚਾਰ ਦਾ ਹੱਕਿਆਂ ਦੇ ਵਿੱਚ ਪਈ ਪਹਿਲੀ ਵਾਰੀ ਇਹ ਇਤਿਹਾਸ ਰਚਿਆ ਸਰਕਾਰ ਨੇ ਕਿ ਜਿਹੜਾ ਸਾਡਾ ਸੈਂਟਰ ਦਾ ਵਧਾਇਆ ਉਹਦੇ 40% ਹਿੱਸਾ ਨਹੀਂ ਪਾਇਆ ਉਹਦੇ ਸਬੰਧ ਵਿਰੋਧ ਵਿੱਚ ਹੀ ਅੱਜ ਅਸੀਂ ਪ੍ਰੋਟੈਸਟ ਕੀਤਾ ਤੇ ਅਸੀਂ ਅੱਜ ਮੰਗ ਪੱਤਰ ਲਿਖ ਕੇ ਭੇਜੇ ਆ ਜੇ ਫੇਰ ਵੀ ਸਰਕਾਰ ਸਾਡੇ ਨਾ ਮੰਨੀ ਤੇ ਅਸੀਂ 6 ਮਈ ਨੂੰ 6 ਜੁਲਾਈ ਨੂੰ ਅਸੀਂ ਕੈਬਨਟ ਮੰਤਰੀ ਅਰਨਾ ਚੌਧਰੀ ਦੇ ਘਰ ਦੇ ਮੋਰੇ ਹਪੋਖੜ ਹੜਤਾਲ ਤੇ ਬੈਠਾਂਗੇ ਸਾਡੀਆਂ 51 ਵਰਕਰ ਰੋ ਜਿਹੜੀਆਂ ਹਪੋਖੜ ਹੜਤਾਲ ਤੇ ਬੈਠਿਆ ਕਰਨਗੀਆਂ